ਹਾਂਜੀ ਹਾਂਜੀ ਯਾਰੋ ਮਿੱਤਰੋ ਬੈਲੀਓ ਕੀ ਹਾਲ ਚਾਲ ਹੈ ਤੁਹਾਡਾ ਵੈਲਕਮ ਬੈਕ ਟੂ ਦ ਚੈਨਲ ਪੀ ਕੇ ਸਵੈਗ ਮੈਂ ਤੁਹਾਡਾ ਆਪਣਾ ਜ਼ੈਰਪੱਟੀ ਬੈਕ ਅਗੇਨ ਵਿਦ ਅਨਦਰ ਰਿਐਕਸ਼ਨ ਵੀਡੀਓ ਤੇ ਸਿੱਧੂ ਮੂਸੇ ਵਾਲੇ ਬਾਈ ਦਾ ਨਵਾਂ ਸਕਿਟ ਆ ਗਿਆ ਜੀ ਸਕਿਟ ਦਾ ਨਾਮ ਹੈ ਰੀਅਲ 1 ਮੂਸਟੇਪ ਚੱਲ ਰਹੀ ਹੈ ਸਿੱਧੂ ਮੂਸੇ ਵਾਲੇ ਬਾਈ ਦੇ ਹਿੱਤੇ ਤੱਕ ਜਿੰਨੇ ਵੀ ਗਾਣੇ ਆਏ ਨੇ ਮੈਂ ਕਹਿੰਦਾ ਐਂਡ ਨੇ ਭਾਈ ਮੂਸਟੇਪ ਟ੍ਰੈਂਡਿੰਗ ਤੇ ਚੱਲ ਰਹੀ ਹੈ ਤੇ ਵੈਨੇ ਆ ਜੀ ਐਸ ਸਕਿੱਟ ਦੇ ਵਿੱਚ ਸਿੱਧੂ ਮੂਸੇ ਵਾਲਾ ਬਾਈ ਕੀ ਕਹਿੰਦੇ ਨੇ ਉਹਨਾਂ ਦਾ ਗਾਣਾ ਆ ਰਿਹਾ ਜੀ ਗੋਟ ਵਾਜ਼ਰ ਦੇ ਨਾਲ ਅਗਰ ਤੁਸੀਂ ਹਜੇ ਤੱਕ ਵਾਜ਼ਰ ਦਾ ਰਿਐਕਸ਼ਨ ਵੀਡੀਓ ਜਿਹੜਾ ਮੈਂ ਕੀਤਾ ਨਹੀਂ ਚੈੱਕ ਕੀਤਾ ਤੇ ਉਹ ਲਾਜ਼ਮੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੈ ਨਟੋਰੀਅਸ ਵਾਜ਼ਰ ਲਾਜ਼ਮੀ ਚੈੱਕ ਕਰਿਓ ਤੇ ਸਿੱਧੂ ਮੂਸੇ ਵਾਲਾ ਬਾਈ ਦਾ ਨਵਾਂ ਗਾਣਾ ਆ ਰਿਹਾ ਗਾਣੇ ਦਾ ਨਾਮ ਹੈ ਗੋਟ ਲਾਸਟ ਈਅਰ ਜਦੋਂ ਉਹਨਾਂ ਦੀ ਇੱਕ ਐਲਬਮ ਆਈ ਸੀ ਉਦੇ ਵਿੱਚ ਵੀ ਇੱਕ ਗੋਟ ਗਾਣਾ ਸੀ ਜਿਹਦੇ ਵਿੱਚ ਉਹਨਾਂ ਕਿਹਾ ਸੀ ਕਿ ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਚੀਫ ਆਖਦੀ ਤੇ ਤੇਰੇ ਜਿਹੜੇ ਫੁੱਡ ਦੇ ਮੁੰਡੇ ਨੇ ਨਾ ਮੈਨੂੰ ਗੋਟ ਮੰਨਦੇ ਅਗਰ ਤੇ ਇਹ ਉਹੀ ਗਾਣਾ ਹੈ ਤੇ ਉਸ ਗਾਣੇ ਦੇ 1 ਮਿੰਟ ਦਾ ਤੇ 25 ਸੈਕਿੰਡ ਦਾ ਗਾਣਾ ਜਿਹੜਾ ਆਲਰੇਡੀ ਆ ਚੁੱਕਿਆ ਹੈ ਸਟਿਚਸ ਗੈਟ ਸਟਿਚਸ ਦੇ ਵਿੱਚ ਹੋ ਸਕਦਾ ਹੈ ਇਹ ਗਾਣਾ ਜਿਹੜਾ ਕੋਈ ਹੋਰ ਹੋਏ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਅਗਰ ਹਜੇ ਤੱਕ ਤੁਸੀਂ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰੋ ਸਬਸਕ੍ਰਾਈਬ ਤੇ ਵੈਨ ਨੇ ਆ ਜੀ ਐ ਅ ਸਕਿੱਟ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਨੇ ਕੀ ਕਿਹਾ ਇਹ ਕਿਹੜਾ ਆ ਗਿਆ ਨਾ ਉਹ ਛੋਰਾ ਦਰਵਾਜ਼ਾ ਖੋਲ ਓਏ ਦਰਵਾਜ਼ਾ ਖੜ ਗਿਆ ਕੋਲਾ ਬਾਈ ਐਕਟਿੰਗ ਤੋਂ ਚਾ ਮਾਤਾ ਨੀ ਕਿਰਾਪੇ ਲਪੇ ਜਾ ਕੋਲਾ ਗਿਆ ਤਾ ਟੁੱਟ ਆ ਕਿਉਂ ਬੰਦ ਲਾ ਤੁਸੀਂ ਗਾਉਂਦੇ ਹੋ ਕਾਚ ਸੰਗ ਲਾ। ਬੰਦਾ ਆਇਆ ਕੰਮ ਦੇ ਵਿੱਚ ਸੇ। ਵਾਹ ਜੀ ਵਾਹ। ਦਰਵਾਜ਼ਾ ਖੜਕਦਾ ਠੀਕ ਹੈ ਤੇ ਉਹ ਬੰਦਾ ਕਹਿੰਦਾ ਸੁਬਾ ਸੁਬਾ ਕਿਹੜਾ ਆ ਗਿਆ ਇਸ ਟਾਈਮ ਠੀਕ ਹੈ। ਦਰਵਾਜ਼ਾ ਖੁੱਲਦਾ ਤੇ ਛਾਰਟ ਵਜਦਾ ਵਿੱਚ ਡੜਲ। ਫੇਰ ਦੂਜਾ ਬੰਦਾ ਹੁੰਦਾ ਉਹ ਕਹਿੰਦਾ ਐਸ ਟਾਈਮ ਪਤਾ ਨਹੀਂ ਕੌਣ ਆ ਗਿਆ ਉਹ ਦਰਵਾਜ਼ੇ ਦੇ ਅੱਗੇ ਆਂਦਾ ਉਹਦੇ ਗੋਲੀ ਵਜਦੀ ਏ ਠਾਂ ਤੇ ਗੋਲੀ ਕੌਣ ਮਾਰਦਾ ਤੁਹਾਨੂੰ ਪਤਾ ਹੀ ਏ ਗੋਲੀ ਮਾਰਦਾ ਸਿੱਧੂ ਮੂਸੇ ਵਾਲਾ ਤੇ ਰੀਅਲ ਵਨ ਦਾ ਮਤਲਬ ਕੀ ਹੋ ਸਕਦਾ ਹੈ ਕਿ ਜਿਹੜੇ ਮੇਰੇ ਪੱਕੇ ਯਾਰ ਨੇ ਜਾਂ ਆਈ ਏਮ ਦਾ ਰੀਅਲ ਵਨ ਐਵੀ ਮੀਨਿੰਗ ਹੋ ਸਕਦਾ ਤੇ ਮੈਂ ਅੱਗੇ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਜਿਹੜਾ ਸਕਿੱਟ ਵਾਲਾ ਕਨਸੈਪਟ ਹੈ ਨਾ ਉਹ ਕਿਸੇ ਹੋਰ ਨੇ ਨਹੀਂ ਲਿਆਂਦਾ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਸਕਿੱਟ ਆਲਾ ਕਨਸੈਪਟ ਜਿਹੜਾ ਉਹ ਵੀ ਸਿੱਧੂ ਮੂਸੇ ਵਾਲੇ ਬਾਈ ਨੇ ਲਿਆਂਦਾ ਹੈ ਅੱਜ ਤੱਕ ਪੰਜਾਬੀ ਇੰਡਸਟਰੀ ਦੇ ਵਿੱਚ ਸਕਿੱਪ ਆਲਾ ਸਕਿੱਟ ਆਲਾ ਕਨਸੈਪਟ ਜਿਹੜਾ ਸੀ ਨਹੀਂ ਆਇਆ ਸੀ ਤੇ ਇਹ ਸਿੱਧੂ ਮੂਸੇ ਵਾਲਾ ਬਾਈ ਏ ਜਿਨੇ ਇਹ ਕਨਸੈਪਟ ਲਿਆਂਦਾ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਜੀ ਵਾਜ਼ਰ ਦਾ ਮਿਊਜ਼ਿਕ ਗੋਟ ਗਾਣੇ ਦਾ ਨਾਮ ਹੈ ਮੈਂ ਉਮੀਦ ਕਰਦਾ ਕਿ ਨੇਰੀ ਆਣ ਆਲੀ ਏ ਜੱਟੋ ਹੋ ਜਾਓ ਤਿਆਰ ਮੂਸ ਟੇਪ ਦੇ ਆਖਰੀ ਦੇਣ ਚੱਲ ਰਹੇ ਨੇ ਦੋ ਚਾਰ ਗਾਣੇ ਰਹਿ ਗਏ ਨੇ ਤੇ ਇਸ ਟਾਈਮ ਮੂਸ ਟੇਪ ਹਰ ਜਗ੍ਹਾ ਤੇ ਟ੍ਰੈਂਡਿੰਗ ਤੇ ਚੱਲ ਰਹੀ ਏ ਸਿੱਧੂ ਬਾਈ ਨੇ ਜੋ ਜੋ ਪ੍ਰੋਮਿਸ ਕੀਤੇ ਸਨ ਕਿ ਤੁਹਾਨੂੰ ਮੈਂ ਆਪਣੇ ਫੈਨਸ ਵਾਸਤੇ ਕਿ ਮੈਂ ਤੁਹਾਨੂੰ ਕਦੇ ਵੀ ਮਾਇੂਸ ਨਹੀਂ ਹੋਣ ਦਿਆਂਗਾ ਤੇ ਮੈਂ ਕਹਿੰਦਾ ਜੱਟ ਨੇ ਮਾਇੂਸ ਵਾਕੇ ਨਹੀਂ ਹੋਣ ਦਿੱਤਾ ਅਗਰ ਤੁਹਾਨੂੰ ਵੀ ਸਿੱਧੂ ਮੂਸੇ ਵਾਲੇ ਬਾਈ ਦੇ ਗਾਣੇ ਪਸੰਦ ਨੇ ਤੇ ਲਾਜ਼ਮੀ ਲਾਜ਼ਮੀ ਚੈਨਲ ਸਬਸਕ੍ਰਾਈਬ ਕਰੋ ਆਪਣਾ ਫੁੱਲ ਫੈਨ ਹੈ ਸਿੱਧੂ ਬਾਈ ਦੇ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਹਰ ਇੱਕ ਬੰਦੇ ਨੂੰ ਜਵਾਬ ਲੱਭੇ ਮੂਸਟੇਪ ਦੇ ਵਿੱਚ ਤੇ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਰੱਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇੱਜ਼ਤ ਕਰੋ ਤੇ ਇੱਜ਼ਤ ਕਰਾਓ ਮਾਪੇ ਦਾ ਸਤਿਕਾਰ ਕਰੋ ਨਸ਼ਿਆਂ ਤੋਂ ਦੂਰ ਰਹੋ ਤੇ ਮਿਲਨੇ ਆ ਅਗਲੇ ਰਿਐਕਸ਼ਨ ਵੀਡੀਓ ਤੱਕ ਰੱਬ ਰਾਖਾ